ਕਿਉਂਕਿ ਮਾਹੌਲ ਕਾਫੀ ਕ੍ਰਿਟੀਕਲ ਆ ਹਲੇ ਤਾਂ ਜਦੋਂ ਮਰਜ਼ੀ ਬੌਮਿੰਗ ਬਾਟਿੰਗ ਸਟਾਰਟ ਹੋ ਜਾਂਦੀ ਆ ਤੁਹਾਡੇ ਬੈਚ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਸਟੂਡੈਂਟਸ ਨੇ ਜਿਹੜੇ ਹੁਣ ਉੱਥੇ ਫਸੇ ਹੋਏ ਮੇਰੇ ਬੈਚ 'ਚ ਟੋਟਲ 15 ਮੇਰੇ ਗਰੁੱਪ 'ਚ ਟੋਟਲ 15 ਸਟੂਡੈਂਟ ਸੀ ਤਾਂ ਮੈਂ ਆਪਣੇ ਗਰੁੱਪ 'ਚੋਂ ਇਕੱਲੀ ਮੈਂ ਹੀ ਹਾਂ ਜਿਹੜੀ ਇੱਥੇ ਆਈ ਹਾਂ ਸਟੂਡੈਂਟਸ ਨੂੰ ਉੱਥੇ ਖਾਣ ਪੀਣ ਦੀ ਮੁਸ਼ਕਿਲ ਆ ਰਹੀ ਹੈ ਇੰਨੀ ਠੰਡ 'ਚ ਅੰਡਰਗਰਾਊਂਡ 'ਚ ਰਹਿਣਾ ਪੈ ਰਿਹਾ ਹੈ ਇੰਡੀਅਨ ਗਵਰਨਮੈਂਟ ਕਰ ਰਹੀ ਹੈ ਕੁਛ ਨਾ ਕੁਛ ਬਟ ਹਾਲੇ ਤੱਕ ਇਹਦਾ ਕੋਈ ਕੋਈ ਨਹੀਂ ਬਚਿਆ ਕਿ ਖਾ ਕੇ ਤੇ ਪੀ ਚੁੱਕੇ ਸਤਿ ਸ਼੍ਰੀ ਅਕਾਲ ਪੰਜਾਬੀ ਨੈਸ਼ਨਲ ਟੀ ਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਗਤ ਕਰਦਾ ਹਾਂ ਦੋਸਤੋ ਇਸ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਯੂਕਰੇਨ ਅਤੇ ਰੂਸ ਦੀ ਲੜਾਈ ਦੇ ਵਿੱਚ ਪੂਰੇ ਦੇਸ਼ ਅਤੇ ਵਿਦੇਸ਼ਾਂ ਦੇ ਲੋਕ ਜੋ ਨੇ ਉਹ ਵੀ ਪ੍ਰਭਾਵਿਤ ਹੋਏ ਹਨ ਗੱਲ ਕਰਨ ਜਾ ਰਹੇ ਹਾਂ ਅਜਨਾਲਾ ਦੇ ਵਿੱਚ ਬੈਠੇ ਹੋਏ ਹਾਂ ਔਰ ਇੱਥੋਂ ਦੀ ਇੱਕ ਬੇਟੀ ਜੋ ਉੱਥੇ MBBS ਕਰਨ ਦੇ ਲਈ ਗਈ ਹੋਈ ਸੀ ਉਹ ਕੁਛ ਦਿਨ ਪਹਿਲਾਂ ਆਪਣੇ ਜੱਦੀ ਸ਼ਹਿਰ ਅਜਨਾਲਾ ਦੇ ਵਿੱਚ ਪਹੁੰਚੀ ਹੋਈ ਹੈ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਗੁੜੀਆ ਕਿਹੜੇ ਸਾਲ ਦੇ ਵਿੱਚ ਤੁਸੀਂ MBBS ਕਰਨ ਗਏ ਸੀ ਔਰ ਕਿਹੜਾ ਸਮੈਸਟਰ ਚੱਲ ਰਿਹਾ ਤੁਹਾਡਾ ਮੈਂ 2020 'ਚ ਗਈ ਸੀ ਮੇਰਾ ਹੁਣ ਸੈਕਿੰਡ ਕੋਰਸ ਫੋਰਥ ਸਮੈਸਟਰ ਚੱਲ ਰਿਹਾ ਤਾਂ ਗੁੜੀਆ ਉਦੋਂ ਕਿਸ ਤਰ੍ਹਾਂ ਦਾ ਮਾਹੌਲ ਸੀ ਹੁਣ ਤਾਂ ਅਸੀਂ ਦੇਖ ਰਹੇ ਹੈਗੇ ਹਾਂ ਨਿਊਜ਼ ਦੇ ਵਿੱਚ ਵੀ ਦੇਖ ਰਹੇ ਅਖਬਾਰਾਂ 'ਚ ਪੜ੍ਹ ਰਹੇ ਹੈਗੇ ਹਾਂ ਕਿ ਉੱਥੇ ਕਾਫੀ ਬੰਬਾਰੀ ਹੋ ਰਹੀ ਆ ਔਰ ਬਹੁਤ ਜਿਹੜੇ ਉੱਥੇ ਦੇ ਬੁਰੇ ਹਾਲਾਤ ਹੋ ਚੁੱਕੇ ਜਦੋਂ ਤੁਸੀਂ ਉੱਥੇ ਸੀ ਕਿਸ ਤਰ੍ਹਾਂ ਦੇ ਹਾਲਾਤ ਸੀ ਉੱਥੇ ਜਦੋਂ ਅਸੀਂ ਸੀ ਉੱਥੇ ਸਾਰਾ ਕੁਛ ਨੋਰਮਲ ਸੀ ਇੰਨਾ ਕੁਛ ਹੈ ਨਹੀਂ ਸੀ ਕਿ ਮਤਲਬ ਇੰਨਾ ਐਕਸਪੈਕਟ ਵੀ ਕੀਤਾ ਜਾਏਗਾ ਕਿ ਇਹ ਸਭ ਕੁਛ ਹੋ ਜਾਏਗਾ ਸਭ ਨੋਰਮਲ ਸੀ ਕੰਡੀਸ਼ਨ ਉੱਥੇ ਜਦੋਂ ਆਪਾਂ ਸੀ ਉੱਥੇ ਤਾਂ ਤੁਹਾਨੂੰ ਕਿੰਨੇ ਦਿਨ ਹੋਏ ਨੇ ਇੱਥੇ ਪਹੁੰਚਿਆ ਨੂੰ ਔਰ ਤੁਸੀਂ ਕਿਸ ਤਰ੍ਹਾਂ ਪਲਾਨ ਕੀਤਾ ਕਿ ਮੈਨੂੰ ਜਿਹੜਾ ਆਪਣੇ ਘਰ ਵਾਪਸ ਜਾਣਾ ਚਾਹੀਦਾ ਮੈਨੂੰ ਹਲੇ 3-4 ਦਿਨ ਹੀ ਹੋਏ ਆ ਆਏ ਨੂੰ ਅਤੇ ਜਦੋਂ ਇੰਡੀਅਨ ਐਮਬੈਸੀ ਵੱਲੋਂ ਐਡਵਾਈਸਰੀ ਕੀਤੀ ਗਈ ਕਿ ਜਿਹੜੇ ਬੱਚੇ ਆਉਣਾ ਚਾਹੁੰਦੇ ਆ ਉਹ ਆ ਸਕਦੇ ਨੇ ਤਾਂ ਉਸ ਵਕਤ ਜਦੋਂ ਮੇਰੀ ਯੂਨੀਵਰਸਿਟੀ ਔਨਲਾਈਨ ਹੋਈ ਤਾਂ ਮੇਰੇ ਪੇਰੈਂਟਸ ਨੇ ਪਹਿਲਾਂ ਹੀ ਟਿਕਟ ਬੁੱਕਸ ਕਰਵਾ ਦਿੱਤੀ ਸੀ ਟਿਊਜ਼ਡੇ ਦੀ ਕਰਵਾਈ ਸੀ ਤਾਂ ਫਿਰ ਇਸ ਕਰਕੇ ਆਪਾਂ ਆ ਗਏ ਤਾਂ ਹੁਣ ਤੁਹਾਡੀ ਗੱਲ ਹੁੰਦੀ ਹੈ ਕਿ ਤੁਹਾਡੀਆਂ ਜਿਹੜੀਆਂ ਫਰੈਂਡਸ ਨੇ ਹੁਣ ਕਿਸ ਤਰ੍ਹਾਂ ਦਾ ਮਾਹੌਲ ਆ ਉੱਥੇ ਉੱਥੇ ਮਾਹੌਲ ਕਾਫੀ ਕ੍ਰਿਟੀਕਲ ਆ ਹਲੇ ਤਾਂ ਜਦੋਂ ਮਰਜ਼ੀ ਬੌਮਬਾਰਡਿੰਗ ਸਟਾਰਟ ਹੋ ਜਾਂਦੀ ਆ ਫਿਰ ਸਾਰੇ ਬੱਚਿਆਂ ਨੂੰ ਜਾਣਾ ਪੈ ਜਾਂਦਾ ਹੈ ਅੰਡਰਗਰਾਊਂਡ ਕੋਲ ਜਾਣਾ ਪੈ ਜਾਂਦਾ ਹੈ ਤਾਂ ਫਿਰ ਹਲੇ ਤਾਂ ਕਾਫੀ ਕ੍ਰਿਟੀਕਲ ਹੀ ਹੈ ਉੱਥੇ ਸਿਚੁਏਸ਼ਨ ਕੋਈ ਮਤਲਬ ਕੋਈ ਇੱਦਾਂ ਦਾ ਸੀਨ ਨਹੀਂ ਬਣ ਰਿਹਾ ਕਿ ਕਿਸੇ ਨੂੰ ਇਵੈਕੂਏਟ ਕੀਤਾ ਜਾਵੇ ਬਟ ਇੰਡੀਅਨ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਮੇਰੇ ਫਰੈਂਡਸ ਖਾਰਕੀਵ ਹੈ ਕੀਵ ਹੈ ਸਾਰਿਆਂ ਨੂੰ ਇਵੈਕੂਏਟ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਤੁਸੀਂ ਜਦੋਂ ਆਏ ਹੋ ਤੁਹਾਡੇ ਨਾਲ ਕੋਈ ਹੋਰ ਵੀ ਸਟੂਡੈਂਟਸ ਇੱਥੇ ਆਏ ਨੇ ਹਾਂਜੀ ਮੇਰੇ ਨਾਲ ਕਾਫੀ ਸਟੂਡੈਂਟਸ ਇੱਥੇ ਆਏ ਨੇ ਜਿਹੜੇ ਮੇਰੇ ਨਾਲ ਪੜ੍ਹ ਰਹੇ ਸੀ ਤਾਂ ਪੰਜਾਬ ਦੇ ਸੀ ਕਿ ਅਦਰ ਸਟੇਟ ਦੇ ਸੀ ਸਾਰੇ ਸਟੇਟਸ ਦੇ ਸੀ ਕਈ ਸਟੇਟਸ ਦੇ ਸੀ ਤਾਂ ਜੇਕਰ ਤੁਹਾਡੇ ਬੈਚ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਸਟੂਡੈਂਟਸ ਨੇ ਜਿਹੜੇ ਹੁਣ ਉੱਥੇ ਫਸੇ ਹੋਏ ਨੇ ਮੇਰੇ ਬੈਚ 'ਚ ਟੋਟਲ 15 ਮੇਰੇ ਗਰੁੱਪ 'ਚ ਟੋਟਲ 15 ਸਟੂਡੈਂਟ ਸੀ ਤਾਂ ਮੈਂ ਆਪਣੇ ਗਰੁੱਪ 'ਚੋਂ ਇਕੱਲੀ ਮੈਂ ਹੀ ਹਾਂ ਜਿਹੜੀ ਇੱਥੇ ਆਈ ਹਾਂ ਤਾਂ ਹੁਣ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਸਟੂਡੈਂਟਸ ਨੂੰ ਉੱਥੇ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਨੇ ਸਟੂਡੈਂਟਸ ਨੂੰ ਉੱਥੇ ਖਾਣ ਪੀਣ ਦੀ ਮੁਸ਼ਕਿਲ ਆ ਰਹੀ ਹੈ ਇੰਨੀ ਠੰਡ 'ਚ ਅੰਡਰਗਰਾਊਂਡ 'ਚ ਰਹਿਣਾ ਪੈ ਰਿਹਾ ਹੈ ਤਾਂ ਫਿਰ ਕਾਫੀ ਪਾਣੀ ਵਗੈਰਾ ਫੂਡ ਵਗੈਰਾ ਜਿਹੜੇ ਅਪਾਰਟਮੈਂਟਸ 'ਚ ਰਹਿ ਰਹੇ ਨੇ ਕਾਫੀ ਲੰਬੀਆਂ ਲਾਈਨਾਂ ਲੱਗਦੀਆਂ ਜਦੋਂ ਨੋਰਮਲ ਕੰਡੀਸ਼ਨ ਹੁੰਦੀ ਹੈ ਕੁਛ ਸਮੇਂ ਲਈ ਤਾਂ ਜਾਂਦੇ ਆ ਬਟ ਰਾਸ਼ਨ ਖਤਮ ਹੋ ਜਾਂਦਾ ਲਾਈਨਾਂ ਬਹੁਤ ਲੰਬੀਆਂ ਹੈ ਕਿੰਨੇ ਕਿੰਨੇ ਘੰਟੇ ਲੱਗ ਜਾਂਦੇ ਆ ਲਾਈਨਾਂ 'ਚ ਲੱਗਦੇ ਤਾਂ ਜਾਂਦੇ ਜਾਂਦੇ ਸਾਰੇ ਕੋਈ ਲੈ ਜਾਂਦੇ ਆ ਸਮਾਨ ਬਟ ਇਹਨਾਂ ਦੀ ਵਾਰੀ ਆਉਂਦੀ ਆਉਂਦੀ ਮੁੱਕ ਜਾਂਦਾ ਜਿਹੜੀ ਤੁਹਾਡੀ ਯੂਨੀਵਰਸਿਟੀ ਮੈਨੇਜਮੈਂਟ ਹੈਲਪ ਕਰ ਰਹੀ ਹੈ ਜਿਹੜੀਆਂ ਉੱਥੇ ਗਰਲਜ਼ ਇਸ ਟਾਈਮ ਤੇ ਹੈ ਨੇ ਹਾਂਜੀ ਡੀਨ ਕਹਿ ਰਹੀ ਹੈ ਕਿ ਜੇ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਤਾਂ ਮੈਂ ਪੂਰੀ ਹੈਲਪ ਕਰਾਂਗੀ ਕੁਛ ਵੀ ਕੋਈ ਪ੍ਰੋਬਲਮ ਹੋਏਗੀ ਤਾਂ ਮੈਂ ਜ਼ਰੂਰ ਮਦਦ ਕਰਾਂਗੀ ਮੈਨੂੰ ਮੈਸੇਜ ਕਰ ਦਿਓ ਤੁਸੀਂ ਤਾਂ ਜੇਕਰ ਗੱਲ ਇੰਡੀਅਨ ਐਮਬੈਸੀ ਦੀ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਹੈਲਪ ਹੋ ਰਹੀ ਹੈ ਹਾਂਜੀ ਇੰਡੀਅਨ ਐਮਬੈਸੀ ਜਿਹੜੇ ਕੀਵ 'ਚ ਬੱਚੇ ਫਸੇ ਆ ਉਹਨਾਂ ਦੀ ਤਾਂ ਪੂਰੀ ਹੈਲਪ ਕੀਤੀ ਜਾ ਰਹੀ ਹੈ ਉਹਨਾਂ ਨੂੰ ਕਰ ਬਟ ਇਹ ਹੈ ਕਿ ਇੰਡੀਅਨ ਐਮਬੈਸੀ ਵਾਲੇ ਕੀਵ ਹੈ ਬਟ ਉਹ ਇੱਥੇ ਆ ਨਹੀਂ ਸਕਦੇ ਖਾਰਕੀਵ 'ਚ ਨਾ ਖਾਰਕੀਵ ਵਾਲੇ ਲੋਕ ਕੀਵ 'ਚ ਜਾ ਸਕਦੇ ਆ ਕਿਉਂਕਿ ਸਿਚੁਏਸ਼ਨ ਬਹੁਤ ਕ੍ਰਿਟੀਕਲ ਹੈ ਕਦੋਂ ਵੀ ਬੌਮਬਾਰਡਿੰਗ ਸਟਾਰਟ ਹੋ ਜਾਂਦੀ ਹੈ ਤਾਂ ਹੁਣ ਜਦੋਂ ਤੁਹਾਡੀ ਫਰੈਂਡਸ ਨਾਲ ਤੁਹਾਡੀ ਗੱਲ ਹੁੰਦੀ ਆ ਤਾਂ ਜਿਹੜੇ ਉਹਨਾਂ ਦੇ ਪੇਰੈਂਟਸ ਹੈਗੇ ਨੇ ਉਹ ਫਿਰ ਜਿਸ ਤਰ੍ਹਾਂ ਕੁਛ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਕਿਹਾ ਹੋਇਆ ਕਿ ਤੁਸੀਂ ਸਾਡੇ ਨਾਲ ਸੰਪਰਕ ਕਰੋ
ਤਾਂ ਉਹ ਫਿਰ ਸਿਰਫ ਕਾਲਜ ਤੱਕ ਹੀ ਸੀਮਤ ਨੇ ਕਿ ਜਾਂ ਜਿਹੜੀਆਂ ਪੋਲੀਟੀਕਲ ਪਾਰਟੀਜ਼ ਹੈਗੀਆਂ ਨੇ ਉਹਨਾਂ ਨਾਲ ਵੀ ਸੰਪਰਕ 'ਚ ਹੈਗੀਆਂ ਨੇ? ਨਹੀਂ, ਸਾਡੇ ਏਜੰਸੀ ਇੰਡੀਅਨ ਐਮਬੈਸੀ ਨਾਲ ਕੰਟੈਕਟ 'ਚ ਹੈਗੇ ਨੇ, ਤਾਂ ਉਹਨਾਂ ਨੂੰ ਸਾਰਾ ਕੁਛ ਇਨਫੋਰਮੇਸ਼ਨ ਪਤਾ ਲੱਗ ਜਾਂਦੀ ਆ, ਇੰਡੀਅਨ ਗਵਰਨਮੈਂਟ ਕਰ ਰਹੀ ਹੈ ਕੁਛ ਨਾ ਕੁਛ, ਬਟ ਹਾਲੇ ਤੱਕ ਇਵੈਕੂਏਟ ਹੋਏ ਨਹੀਂ ਬੱਚੇ ਉੱਥੋਂ ਖਾਰਕੇ ਅਤੇ ਕੀਵ 'ਚੋਂ। ਅੱਛਾ ਗੁੜੀਆ, MBBS ਤੁਸੀਂ ਯੂਕਰੇਨ ਕਰਨ ਗਏ ਹੋ, ਤਾਂ ਜੇ ਚਾਹੁੰਦੇ ਤਾਂ ਇੱਥੇ ਵੀ ਕਰ ਸਕਦੇ ਸੀ, ਕੀ ਰੀਜ਼ਨ ਕਿ ਤੁਸੀਂ ਯੂਕਰੇਨ ਹੀ ਸਿਲੈਕਟ ਕੀਤਾ? ਇੱਥੇ ਪ੍ਰਾਈਵੇਟ ਕਾਲਜ ਬਹੁਤ ਮਹਿੰਗੇ ਨੇ, ਤਾਂ ਇੰਨੇ ਆਪਾਂ ਅਫੋਰਡ ਨਹੀਂ ਕਰ ਸਕਦੇ, ਤਾਂ ਫਿਰ ਇਸ ਕਰਕੇ ਉੱਥੇ ਸਸਤੀ ਸੀ, ਮਹਿੰਗੀ ਨਹੀਂ ਸੀ ਕਾਲਜ, ਤਾਂ ਫਿਰ ਇਸ ਕਰਕੇ ਉੱਥੇ ਆਪਾਂ ਗਏ MBBS। ਬਟ ਉੱਥੇ ਠੀਕ ਹੈ, ਕਾਫੀ ਫੈਸਿਲਿਟੀਜ਼ ਨੇ, ਉੱਥੇ ਵੀ ਕਰ ਸਕਦੇ ਹਾਂ ਮਤਲਬ ਆਪਾਂ। ਗੁੜੀਆ, ਹੁਣ ਕੀ ਚਾਹੁੰਦੇ ਹੋ ਤੁਸੀਂ ਕਿ ਜੇਕਰ ਮਾਹੌਲ ਠੀਕ ਹੋ ਜਾਂਦਾ ਤਾਂ ਫਿਰ ਤੁਸੀਂ ਦੁਬਾਰਾ ਜਾਓਗੇ, ਕਿਉਂਕਿ ਜੋ ਹਾਲਾਤ ਬਣ ਚੁੱਕੇ ਨੇ, ਕੀ ਸੋਚਦੇ ਹੋ ਤੁਸੀਂ? ਨਹੀਂ, ਜੇ ਮਾਹੌਲ ਠੀਕ ਹੋ ਜਾਏਗਾ ਤਾਂ ਆਪਾਂ ਜ਼ਰੂਰ ਆਪਣੀ ਸਟੱਡੀ ਕੰਟੀਨਿਊ ਕਰਾਂਗੇ। ਇੱਦਾਂ ਸਾਡੇ 2 ਸਾਲ ਵੇਸਟ ਹੋ ਜਾਂਦੇ ਆ, ਤਾਂ ਆਪਾਂ ਨਹੀਂ ਚਾਹੁੰਦੇ ਕਿ ਮਤਲਬ ਸਾਡਾ 6 ਸਾਲ ਦਾ ਕੋਰਸ ਆ ਜਿਹੜਾ ਵੇਸਟ ਹੋ ਜਾਏ। ਬਿਲਕੁਲ ਜਾਵਾਂਗੇ ਜੇ ਮਤਲਬ ਮਾਹੌਲ ਸਭ ਸਹੀ ਹੋ ਜਾਏਗਾ ਤੇ। ਤਾਂ ਜਿਹੜੀਆਂ ਤੁਹਾਡੀਆਂ ਫਰੈਂਡਸ ਨੇ ਉਹਨਾਂ ਨਾਲ ਕਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਤੁਹਾਡੀਆਂ? ਹੁਣ ਤੁਹਾਡੀ ਗੱਲ ਹੁੰਦੀ ਹੋਏਗੀ, ਕਿੰਨਾ ਕੁ ਡਰ ਹੈ ਔਰ ਕੀ ਗੱਲਬਾਤ ਹੁੰਦੀ ਤੁਹਾਡੀ? ਠੀਕ ਆ, ਉੱਥੋਂ ਦਾ ਕੰਡੀਸ਼ਨ ਤਾਂ ਕ੍ਰਿਟੀਕਲ ਆ ਕਾਫੀ, ਬਟ ਹੋ ਜਾਂਦੀ ਆ ਗੱਲ ਜਦੋਂ ਆਪਾਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਉਹਨਾਂ ਨੂੰ ਪੁੱਛਦੇ ਰਹਿੰਦੇ ਹਾਂ ਕਿ ਸਿਚੁਏਸ਼ਨ ਆ ਉੱਥੇ। ਕਦੀ ਕਦੀ ਜਦੋਂ ਬੋਮ ਬਾਂਡਿੰਗ ਸਟਾਰਟ ਹੋ ਜਾਂਦੀ ਆ ਤਾਂ ਫਿਰ ਮਤਲਬ ਇਲੈਕਟ੍ਰੀਸਿਟੀ ਵਗੈਰਾ ਸ਼ਾਇਦ ਉਹ ਬੰਦ ਕਰ ਦਿੰਦੇ ਹੋਣਗੇ, ਬਟ ਹਾਂ ਕੋਈ ਨਾ, ਨੈੱਟ ਉਹਨਾਂ ਦੇ ਚੱਲ ਹੀ ਰਹੇ ਆ, ਇੰਨੀ ਕੋਈ ਪ੍ਰੋਬਲਮ ਨਹੀਂ ਆ। ਬਟ ਹਾਂ, ਠੰਡ 'ਚ ਬੈਠੇ ਆ, ਮੈਂ ਤਾਂ ਇਹੀ ਚਾਹੂੰਗੀ ਕਿ ਮਤਲਬ ਜਲਦੀ ਤੋਂ ਜਲਦੀ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਉਸ ਸਿਚੁਏਸ਼ਨ ਤੋਂ। ਇੰਡੀਅਨ ਗਵਰਨਮੈਂਟ ਕੁਛ ਨਾ ਕੁਛ ਤਾਂ ਕਰੇ, ਐਟਲੀਸਟ ਖਾਰਕੇ 'ਚ ਕੀਵ 'ਚ ਬੱਚੇ ਫਸੇ ਹੋਏ ਆ। ਬਸ ਇਹ ਰਿਕੁਐਸਟ ਹੈ ਕਿ ਜਲਦੀ ਤੋਂ ਜਲਦੀ ਇਵੈਕੂਏਟ ਕਰੇ, ਕਿਉਂਕਿ ਜਿਸ ਹਿਸਾਬ ਨਾਲ ਕੰਡੀਸ਼ਨ ਆ ਉੱਥੋਂ ਦੀ, ਕੋਈ ਵੀ ਕੁਛ ਨਹੀਂ ਹੋ ਸਕਦਾ। ਤਾਂ ਗੁੜੀਆ, ਜਦੋਂ ਤੁਸੀਂ ਉੱਥੇ ਰਹਿੰਦੇ ਸੀ, ਫਿਰ ਉੱਥੇ ਜਿਹੜਾ ਤੁਸੀਂ ਖਾਣਾ ਪ੍ਰਪੇਅਰ ਕਰਦੇ ਹੋ? ਨਹੀਂ, ਸਾਡੇ ਵਾਸਤੇ ਇੰਡੀਅਨ ਮੈਸ ਹੈਗੀ ਆ ਉੱਥੇ, ਮਤਲਬ ਜਿੱਥੇ ਬੱਚੇ ਖਾ ਸਕਦੇ ਆ ਖਾਣਾ, ਕਾਫੀ ਵਧੀਆ ਹੈ। ਤਾਂ ਹੁਣ ਜਿਹੜੇ ਤੁਹਾਡੇ ਉੱਥੇ ਫਰੈਂਡਸ ਨੇ, ਤਾਂ ਹੁਣ ਫਿਰ ਖਾਣਾ ਕਿਸ ਤਰ੍ਹਾਂ ਉਹਨਾਂ ਨੂੰ ਮਿਲ ਰਿਹਾ ਉੱਥੇ? ਇੰਡੀਅਨ ਮੈਸ ਉਹਨਾਂ ਨੇ ਜਿੰਨਾ ਵੀ ਰਾਸ਼ਨ ਉਹਨਾਂ ਕੋਲ ਹੈ ਉਹ ਸਭ ਪ੍ਰਿਪੇਅਰ ਕਰਕੇ ਬੱਚਿਆਂ ਨੂੰ ਦੇ ਰਹੇ ਆ। ਜਦੋਂ ਨੋਰਮਲ ਕੰਡੀਸ਼ਨ ਹੁੰਦੀ ਆ, ਬੱਚੇ ਜਾਂਦੇ ਆ ਮੈਸ 'ਚ ਖਾਣਾ ਖਾਂਦੇ ਆ, ਬਟ ਉਹੀ ਆ ਜਿਹੜੇ ਹੋਸਟਲ ਵਾਲੀ ਸਾਈਡ ਰਹਿ ਰਹੇ ਆ ਉਹ ਤਾਂ ਠੀਕ ਆ, ਚਲੇ ਜਾਂਦੇ ਆ, ਬਟ ਅਪਾਰਟਮੈਂਟ ਵਾਲੀ ਸਾਈਡ ਦਾ ਮੁਸ਼ਕਿਲ ਆ, ਜਿਹੜੇ ਮੈਟਰੋ ਸਟੇਸ਼ਨ ਦੇ ਵਿੱਚ ਬੈਠੇ ਆ, ਬਟ ਉਹਨਾਂ ਵਾਸਤੇ ਮੁਸ਼ਕਿਲ ਆ, ਉਹ ਨਹੀਂ ਜਾ ਪਾਉਂਦੇ ਕਿਉਂਕਿ ਬਾਹਰ ਜਾਣਾ ਇੰਨਾ ਹੈ ਨਹੀਂ ਸੇਫ, ਅਤੇ ਇਸ ਕਰਕੇ ਉਹਨਾਂ ਕੋਲ ਹੁਣ ਜਿੰਨਾ ਰਾਸ਼ਨ ਹੈਗਾ ਉਸ 'ਤੇ ਗੁਜ਼ਾਰਾ ਕਰ ਰਹੇ ਆ। ਤਾਂ ਫਿਰ ਹੁਣ ਮੁਸ਼ਕਿਲ ਤਾਂ ਖਾਣ ਪੀਣ ਦੀ ਆ, ਜਿਹੜੇ ਅਪਾਰਟਮੈਂਟਸ 'ਚ ਰਹਿ ਰਹੇ ਨੇ, ਜਿਹੜੇ ਬੇਸਮੈਂਟ 'ਚ ਰਹਿ ਰਹੇ। ਕੀ ਮੰਗ ਰੱਖਣਾ ਚਾਹੁੰਦੇ ਹੋ ਕੇਂਦਰ ਸਰਕਾਰ ਦੇ ਅੱਗੇ, ਕੀ ਅਪੀਲ ਕਰਨਾ ਚਾਹੁੰਦੇ ਹੋ? ਮੈਂ ਇਹ ਅਪੀਲ ਕਰਨਾ ਚਾਹੂੰਗੀ ਕਿ ਮੈਨੂੰ ਨਹੀਂ ਪਤਾ ਅੱਗੇ ਕੀ ਹੋਣਾ, ਬਟ ਜਿੰਨੇ ਵੀ ਹੈਗੇ ਆ ਉੱਥੇ ਸਾਰਿਆਂ ਨੂੰ ਸੇਫ ਕੀਤਾ ਜਾਵੇ, ਜਲਦੀ ਤੋਂ ਜਲਦੀ ਸਾਰੇ ਸੇਫਲੀ ਘਰ ਆਉਣ, ਕੋਈ ਵੀ ਉੱਥੇ ਨਾ ਰਹੇ, ਸਾਰੇ ਆਪਣੀ ਜਾਨ ਬਚਾ ਕੇ ਸੇਫਲੀ ਘਰ ਵਾਪਸ ਪਹੁੰਚਣ ਆਪਣੇ ਪੇਰੈਂਟਸ ਕੋਲ, ਜਿੰਨੀ ਦੇਰ ਤੱਕ ਮਾਹੌਲ ਸਹੀ ਨਹੀਂ ਹੋ ਜਾਂਦੇ ਸਾਰੇ ਉੱਥੇ। ਸੋ ਇਹ ਸਨ ਸਾਡੇ ਨਾਲ ਸੰਜਨਾ, ਜਿਨ੍ਹਾਂ ਨੇ ਯੂਕਰੇਨ ਦੇ ਜੋ ਹਾਲਾਤ ਨੇ ਜੋ ਇਹਨਾਂ ਦੇ ਫਰੈਂਡਸ ਇਹਨਾਂ ਨਾਲ ਸ਼ੇਅਰ ਕਰਦੇ ਆ, ਉਹ ਇਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੇ। ਸੋ ਇਹਨਾਂ ਦੁਆਰਾ ਇੱਕ ਬਹੁਤ ਵੱਡੀ ਗੱਲ ਕੀਤੀ ਗਈ ਹੈ ਕਿ ਜੋ ਇੰਡੀਅਨ ਕਾਲਜ ਜਾਂ ਯੂਨੀਵਰਸਿਟੀਜ਼ ਨੇ ਉਹਨਾਂ ਦੀਆਂ ਫੀਸਿਸ ਬਹੁਤ ਜ਼ਿਆਦਾ ਹੋਣ ਕਰਕੇ ਜੋ ਸਾਡੇ ਦੇਸ਼ ਦੇ ਬੱਚੇ ਨੇ ਉਹ ਵਿਦੇਸ਼ਾਂ ਵੱਲ ਜਾਂਦੇ ਨੇ, ਔਰ MBBS ਇੰਡੀਆ ਦੇ ਕਰਨ ਦੀ ਬਜਾਏ ਉਹ ਯੂਕਰੇਨ, ਚਾਈਨਾ, ਰਸ਼ੀਆ ਦੇ ਵਿੱਚ MBBS ਕਰਨ ਪਹੁੰਚਦੇ ਨੇ। ਸੋ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਨੂੰ ਵੀ ਜ਼ਰੂਰ ਚਾਹੀਦਾ ਹੈ ਕਿ ਜੋ ਫੀਸਿਸ ਨੇ ਉਹਨਾਂ ਨੂੰ ਬਿਲਕੁਲ ਜਾਇਜ਼ ਰੱਖਣਾ ਚਾਹੀਦਾ, ਬਿਲਕੁਲ ਰੀਜ਼ਨੇਬਲ ਰੱਖਣਾ ਚਾਹੀਦਾ, ਤਾਂ ਜੋ ਜਿਹੜੇ ਸਾਡੇ ਬੱਚੇ ਨੇ ਉਹ ਵਿਦੇਸ਼ਾਂ 'ਚ ਨਾ ਜਾਣ, ਇੱਥੇ ਹੀ MBBS ਕਰ ਪਾਉਣ। ਸੋ ਇਹਨਾਂ ਦੁਆਰਾ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਗਈ ਹੈ ਕਿ ਜੋ ਉੱਥੇ ਬੱਚੇ ਫਸੇ ਹੋਏ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਜੋ ਇੰਡੀਆ ਦੇ ਵਿੱਚ ਜੋ ਉਹਨਾਂ ਦੇ ਘਰ ਨੇ ਉੱਥੋਂ ਤੱਕ ਪਹੁੰਚਾਇਆ ਜਾਵੇ। ਸੋ ਤੁਸੀਂ ਪੰਜਾਬੀ ਨੈਸ਼ਨਲ TV ਦੇ ਨਾਲ ਜੁੜੇ ਹੋਏ ਸੀ ਅਜਨਾਲਾ ਤੋਂ ਪ੍ਰਦੀਪ ਅਰੋੜਾ।